ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਤੋਂ ਲਾਹੇ ਜਾਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚ ਪਾੜਾ ਪੈ ਗਿਆ, ਉੱਥੇ ਹੀ ਆਪ ਪਾਰਟੀ ਦੇ ਵਲੰਟੀਅਰ ਅਤੇ ਸਮਰਥਕਾਂ ਵਿੱਚ ਵੀ ਮਤਭੇਦ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਵਲੰਟੀਅਰ ਇਸ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੀਆਂ ਵੱਖ ਵੱਖ ਪਾਰਟੀਆਂ ਦੇ ਰੂਪ ਵਿੱਚ ਦੇਖ ਰਹੇ ਹਨ ਅਤੇ ਇਸ ਦੇ ਚੱਲਦੇ ਬਠਿੰਡਾ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਵਲੰਟੀਅਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਹਰਪਾਲ ਚੀਮਾ 'ਤੇ ਉਸ ਵੇਲੇ ਮੁਸ਼ਕਿਲ ਬਣ ਗਈ ਜਦੋਂ ਬਠਿੰਡਾ ਦੇ ਵਾਲੰਟੀਅਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਨਾਲ ਜੁੜੇ ਹੋ ਜਾਂ ਦਿੱਲੀ ਵਾਲਿਆਂ ਨਾਲ, ਅਤੇ ਇਸ ਤੋਂ ਬਾਅਦ ਹਰਪਾਲ ਚੀਮਾ ਨੇ ਦੋ ਜਵਾਬ ਦਿੱਤੇ, ਉਹ ਤੁਸੀਂ ਖੁਦ ਸੁਣ ਲਓ। ਅਸੀਂ ਸਰ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਸਰ ਵੀ ਅਸੀਂ ਪਾਰਟੀ ਨੇ ਵੋਟਾਂ ਪਾਰਟੀ ਨੂੰ ਪਵਾਈਆਂ, ਵੱਧ ਤੋਂ ਵੱਧ ਲੋਕ ਜੋੜਿਆ, ਅਸੀਂ ਪੰਜਾਬ ਦੇ ਭਲੇ ਲਈ ਜੁੜੇ ਹਾਂ ਪੰਜਾਬ ਦੇ ਨਾਲ। ਇਹ ਤੁਹਾਨੂੰ ਸਵਾਲ ਪੁੱਛਦੇ ਵੀ ਤੁਸੀਂ ਵੀ ਪੰਜਾਬ ਲਈ ਜੁੜੇ ਹੋ ਕਿ ਦਿੱਲੀ ਵਾਲਿਆਂ ਨਾਲ ਜੁੜੇ? ਦਿੱਲੀ ਵਾਲਿਆਂ ਨਾਲ ਅਸੀਂ ਨੀ ਖੜੇ ਇਕੱਲਿਆਂ ਨਾਲ, ਜਿਹੜੇ ਪੰਜਾਬ ਦੇ ਹੱਕਾਂ ਲਈ ਲੜਨਗੇ ਉਹਨਾਂ ਨਾਲ, ਪੰਜਾਬ ਦੇ ਭਲੇ ਲਈ ਅਸੀਂ ਪਾਰਟੀ ਨਾਲ ਖੜੇ ਹਾਂ। ਜੇ ਪੰਜਾਬ ਦੇ ਭਲੇ ਤੋਂ ਬਾਹਰ ਕੋਈ ਨਹੀਂ, ਸਾਨੂੰ ਪਤਾ ਕੀ ਗਏ ਕਹਿੰਦੇ ਵੀ ਆਰ ਐਸ ਐਸ ਦੇ ਬੰਦੇ ਉੱਥੇ ਪਹੁੰਚੇ ਸੀ, ਸਾਰੇ ਬੰਦੇ ਗਏ ਸੀ ਬੰਦੇ ਨਾਲ, ਲੇਕਿਨ ਅਸੀਂ ਤਾਂ ਜਿਹੜੇ ਪੰਜਾਬ ਤੋਂ ਉਹਨਾਂ ਨਾਲ ਬੰਦਿਆਂ ਨਾਲ ਫਿਰਦੇ ਆ, ਸਾਨੂੰ ਇਹ ਗੱਲ ਚੁਭਦੀ ਆ। ਆਮ ਪਾਰਟੀ ਦੇ ਇਸ ਭੁਚਾਲ ਨੇ ਪੰਜਾਬ ਦੀ ਸਿਆਸਤ ਦਾ ਮਾਹੌਲ ਗਰਮਾ ਰੱਖਿਆ। ਬੇਸ਼ੱਕ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਬਾਗੀ ਹੋਏ ਨੇਤਾ ਪਾਰਟੀ ਵਿੱਚ ਵਾਪਸ ਆਉਣਗੇ, ਪਰ ਦੇਖਣਾ ਇਹ ਹੋਵੇਗਾ ਕਿ ਸੁਖਪਾਲ ਖਹਿਰਾ ਸਮੇਤ ਬਾਕੀ ਆਪ ਨੇਤਾਵਾਂ ਦੇ ਇਹ ਬਾਗੀ ਸੁਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕੀ ਪ੍ਰਭਾਵ ਪਾਉਣਗੇ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।